ਜਿਹੜਾ ਪੈਸੇ ਦੇ ਵੋਟ ਪਾ ਲੈ, ਪੈਸੇ ਦੇ ਕੇ ਵੋਟ ਪਾਣੀ ਤੇ ਕੀ ਕਰੀਏ ਭਰਾ, ਉਹਦਾ ਕੋਈ ਗੱਲ ਸੁਣਨਾ ਯਾਦ ਉਮੀਦਵਾਰ ਕੀ ਕਹਿੰਦਾ ਕੀ ਨਾਂ ਅੰਮ੍ਰਿਤਪਾਲ ਸਿੰਘ ਦਾ ਬਹੁਤ ਜ਼ਰੂਰ ਹੈ ਭਾਈ, ਵੋਟ ਪਾਵਾਂਗੇ ਬੀਜੇਪੀ ਨੂੰ, ਵੋਟ ਕਿਹਨੂੰ ਪਾਣੀ, ਰਾਮ ਭਗਵਾਨ ਨੂੰ, ਰਾਮ ਭਗਵਾਨ ਨੂੰ, ਐਤਕੀ ਅੰਮ੍ਰਿਤਪਾਲ ਸਿੰਘ ਨੂੰ ਜ਼ੋਰ ਹੈਗਾ, ਅੰਮ੍ਰਿਤਪਾਲ ਸਿੰਘ ਦਾ, ਅੱਛਾ ਹਾਂਜੀ ਭਾਈ ਅੰਮ੍ਰਿਤਪਾਲ ਸਿੰਘ ਦਾ ਜ਼ੋਰ ਹੈ, ਜ਼ੋਰ ਹੈਗਾ, ਅੱਛਾ ਤਾਂ ਵੋਟ ਪਾਣੀ ਫਿਰ ਉਹਨੂੰ ਪਾਵਾਂਗੇ, ਉਹਨਾਂ ਨੂੰ ਪਾਵਾਂਗੇ, ਤੁਹਾਨੂੰ ਕਿਹੜੀ ਪਾਰਟੀ ਪਸੰਦ ਆ, ਕੋਈ ਵੀ ਪਾਰਟੀ ਪਸੰਦ ਨਹੀਂ, ਸਾਰੇ ਚੋਰ ਆ, ਅਤੇ ਸਿਆਸਤ ਤਾਸ਼ ਦੇ ਪੱਤੇ ਦੇ ਵਾਂਗ ਹੁੰਦੀ ਹੈ, ਜਿਹਦਾ ਜ਼ੋਰ ਚੱਲ ਗਿਆ ਚੱਲ ਗਿਆ, ਹਾਂ ਪਰ ਐਤਕੀ ਕਿਹਦਾ ਜ਼ੋਰ ਚੱਲੂਗਾ, ਐਤਕੀ ਅੰਮ੍ਰਿਤਪਾਲ ਦਾ ਚੱਲੂਗਾ, ਐਤਕੀ ਕਿਸੇ ਨੂੰ ਨਹੀਂ ਪਾਉਣੀ ਵੋਟ ਆਹੀ ਜੀ, ਕਾਰਨ ਨਹੀਂ ਜੀ, ਆਮ ਪਾਰਟੀ ਨੂੰ ਪਾਉਣੀ ਵੋਟ, ਆਮ ਪਾਰਟੀ ਨੂੰ, ਹਾਂਜੀ ਕਾਰਨ ਪਾਉਣੀ ਉਹਨਾਂ ਨੂੰ ਆਮ ਪਾਰਟੀ ਨੂੰ ਵੋਟ, ਭਾਜੀ ਫਿਰ ਕਿਹਦਾ ਜ਼ੋਰ ਹੈ ਐਤਕੀ, ਆਮ ਆਦਮੀ ਪਾਰਟੀ ਦਾ ਜੀ, ਭਾਜੀ ਰਾਜਨੀਤੀ ਤਾਸ਼ ਦੀ ਤਰ੍ਹਾਂ ਹੁੰਦੀ, ਜਿਹਦਾ ਜ਼ੋਰ ਚੱਲ ਗਿਆ ਚੱਲ ਗਿਆ, ਐਤਕੀ ਫਿਰ ਕਿਹਦਾ ਜ਼ੋਰ ਚੱਲ ਰਿਹਾ ਵੋਟਾਂ 'ਚ, ਕਿਸੇ ਦਾ ਵੀ ਨਹੀਂ, ਹਾਂਜੀ ਕਿਸੇ ਦਾ ਵੀ ਨਹੀਂ, ਜ਼ੋਰ ਨਹੀਂ ਆਇਆ ਕਿਸੇ ਦਾ ਵੀ, ਇੱਥੇ ਐਵੇਂ ਪੰਪ ਝਾੜੂ 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 ਕਰੀ ਜਾਂਦੇ, ਕੋਈ ਝਾੜੂ ਦਾ ਜ਼ੋਰ ਨਹੀਂ ਹੈਗਾ ਇੱਥੇ, ਕੋਈ ਝਾੜੂ ਦਾ ਜ਼ੋਰ ਨਹੀਂ ਹੈਗਾ, ਅੱਛਾ ਇਹ ਜਿੰਨੇ ਵੋਟਾਂ ਪਾਉਣੀਆਂ ਉਹਨੇ ਵੇਖਣਾ ਕੀ ਕਰਦੇ ਆ, ਇੱਥੇ ਬੀਜੇਪੀ ਦਾ ਜ਼ੋਰ ਹੈ ਜੰਡਿਆਲੇ, ਬੀਜੇਪੀ ਨੂੰ ਪਾਵਾਂਗੇ ਆਪਾਂ ਤਾਂ ਵੋਟ, ਬੀਜੇਪੀ ਤੁਸੀਂ ਭਾਜੀ, ਅਸੀਂ ਅੱਗੇ ਬੀਜੇਪੀ ਦੇ, ਬਿਨਾ ਵਹਿਮ ਕੀਤੇ ਬਿਨਾ ਟੈਨਸ਼ਨ ਤੋਂ ਵੋਟ ਪਾਣੀ ਆ, ਵੋਟ ਪਾਣੀ ਆ, ਵੋਟ ਪਾਣੀ ਆ, ਟੈਨਸ਼ਨ ਨਹੀਂ ਲਾਉਣੀ ਨਾ ਵਹਿਮ ਕਰਨਾ, ਜ਼ਰੂਰ ਪਾਣੀ ਆ, ਕੈਂਡੀਡੇਟ ਕਿਹੋ ਜਿਹਾ ਹੋਣਾ ਚਾਹੀਦਾ, ਚਲੋ ਕੈਂਡੀਡੇਟ ਇਹੋ ਜਿਹਾ ਹੋਵੇ ਜਿਹੜਾ ਆ ਕੇ ਸਾਨੂੰ ਮਿਲੇ, ਜਿੰਨੇ ਪਹਿਲਾਂ ਆਇਆ ਜਿੱਤਣ ਤੋਂ ਬਾਅਦ ਵੜਿਆ ਹੀ ਕੋਈ ਨਹੀਂ। ਅਸੀਂ ਇਸ ਵੇਲੇ ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਖੜ੍ਹੇ ਹਾਂ, ਤਾਂ ਖਡੂਰ ਸਾਹਿਬ ਦਾ ਇੱਕ ਹਲਕਾ ਪੈਂਦਾ ਹੈ ਜੰਡਿਆਲਾ, ਡਿਸਟ੍ਰਿਕਟ ਅੰਮ੍ਰਿਤਸਰ ਪੈਂਦੀ ਹੈ, ਲੇਕਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਵੱਜਦਾ ਹੈ, ਤਾਂ ਇੱਥੇ ਅੱਜ ਅਸੀਂ ਆਏ ਹਾਂ ਲੋਕਾਂ ਕੋਲ ਗੱਲਬਾਤ ਕਰਨ ਕਿ ਆਖਿਰਕਾਰ ਉਹਨਾਂ ਦੇ ਦਿਲ ਦੀ ਆਵਾਜ਼ ਕੀ ਕਹਿੰਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਸ ਵੇਲੇ ਤਾਸ਼ ਖੇਡ ਰਹੇ ਹੋ, ਤਾਸ਼ ਜਿਹੜਾ ਹੈ ਔਰ ਰਾਜਨੀਤੀ ਵੀ ਤਾਸ਼ ਦੇ ਪੱਤੇ ਵਾਂਗ ਹੁੰਦੀ ਹੈ, ਕਹਿੰਦੇ ਜਿਹਦਾ ਦਾਅ ਵੱਜ ਗਿਆ ਵੱਜ ਗਿਆ, ਪਰ ਅਸੀਂ ਇਸ ਕਰਕੇ ਲੋਕਾਂ ਕੋਲ ਜਾਂਦੇ ਹਾਂ, ਭਾਜੀ ਫਿਰ ਕਿਹਦਾ ਦਾਅ ਵੱਜੂ ਐਤਕੀ, ਹੈ ਕੀ ਵੇਖੋ ਜੀ ਉਹ ਯਾਦ ਉਮੀਦਵਾਰ ਕੀ ਕਹਿੰਦਾ ਕੀ ਨਾਂ ਅੰਮ੍ਰਿਤਪਾਲ ਸਿੰਘ ਦਾ ਬਹੁਤ ਜ਼ੋਰ ਹੈ, ਸਾਰੇ ਪਾਸੇ ਦਾ ਜ਼ੋਰ ਹੈ, ਹੁਣ ਗਾਂਹ ਪਤਾ ਨਹੀਂ ਕੀ ਰੱਬੀਆਂ ਨੇ, ਗਾਂਹ ਰੱਬ ਜਾਣੇ ਪਤਾ ਨਹੀਂ ਕੀ ਹੋਵੇ। ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ, ਕਿਹਦਾ ਜ਼ੋਰ ਹੈ ਭਾਜੀ ਐਤਕੀ, ਇਹ ਮੇਰਾ ਜ਼ੋਰ ਹੈ ਸਾਰਿਆਂ ਦਾ, ਨਹੀਂ ਫਿਰ ਵੀ ਤੁਸੀਂ ਵੋਟ ਪਾਣੀ ਕਿਹਨੂੰ ਪਾਣੀ ਐਤਕੀ, ਅਸੀਂ ਵੋਟ ਪਾਵਾਂਗੇ ਬੀਜੇਪੀ ਨੂੰ, ਬੀਜੇਪੀ ਨੂੰ ਪੱਕੀ ਵੋਟ ਹੈ ਜੀ, ਹਾਂਜੀ ਹਾਂਜੀ, ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਬੀਜੇਪੀ ਦੇ ਵੋਟਰ ਵੀ ਨੇ, ਤਾਂ ਦੂਸਰੇ ਪਾਸੇ ਹੋਰ ਵੀ ਭਾਈ ਸਾਹਿਬ ਨੇ, ਭਾਜੀ ਫਿਰ ਕਿਹਨੂੰ ਵੋਟ ਪਾਣੀ ਐਤਕੀ, ਬੀਜੇਪੀ ਨੂੰ ਪਾ ਲਾਂਗੇ, ਬੀਜੇਪੀ ਨੂੰ ਪਾ ਲਾਂਗੇ, ਤਾਂ ਤੁਸੀਂ ਵੇਖ ਸਕਦੇ ਹੋ ਬੀਜੇਪੀ ਕਿਉਂ, ਮੋਦੀ ਨੂੰ ਤਾਂ ਤੁਸੀਂ ਦੇਖ ਸਕਦੇ, ਮੋਦੀ ਦੀ ਵੋਟ ਵੀ ਸਾਹਮਣੇ ਆ ਰਹੀ ਹੈ, ਤਾਂ ਕੁਛ ਹੋਰ ਲੋਕ ਨੇ ਗੱਲਬਾਤ ਕਰਦੇ ਹਾਂ, ਤਾਂ ਭਾਜੀ ਇੱਥੇ ਬੈਠੇ ਨੇ ਸਾਰੇ ਵੀਰ ਭਰਾ ਅੱਜ ਇਕੱਠੇ ਹੋ ਕੇ ਦਿਨ ਮਨਾ ਰਹੇ ਨੇ, ਤਾਂ ਭਾਈ ਸਾਹਿਬ ਨਾਲ ਗੱਲ, ਭਾਜੀ ਫਿਰ ਕਿਹਨੂੰ ਵੋਟ ਪਾਣੀ ਐਤਕੀ, ਜਾ ਭਰਾਵਾ ਜਾ, ਹਾਂਜੀ ਸਾਡੀਆਂ ਵੋਟਾਂ ਪਈਆਂ ਹੀ ਆ ਵੀਰ, ਹਾਂਜੀ ਭਾਜੀ ਕਿਹਦਾ ਜ਼ੋਰ ਹੈ ਸਾਰਾ, ਇਹਨਾਂ ਨੂੰ ਪੁੱਛੋ ਭਾਜੀ, ਨਹੀਂ ਤੁਸੀਂ ਦੱਸੋ ਭਾਈ, ਸਾਰੀਆਂ ਪਾਰਟੀਆਂ ਜ਼ੋਰ ਹੈ ਹਲੇ, ਸਾਰਿਆਂ ਜ਼ੋਰ ਹੈ ਭਾਜੀ, ਠੀਕ ਹੈ ਹਾਂਜੀ ਭਾਜੀ, ਫਿਰ ਕਿਹਦਾ ਜ਼ੋਰ ਹੈ, ਸਾਰਿਆਂ ਦਾ ਜ਼ੋਰ ਹੈ ਜੀ, ਸਾਰਿਆਂ ਦਾ, ਸਰਦਾਰ ਜੀ ਫਿਰ ਕਿੱਧਰ ਹੈ ਐਤਕੀ, ਪੱਤੇ ਪੈ ਰਹੇ ਜ਼ਿਆਦਾ ਐਤਕੀ, ਦਾ ਕਿਹਦਾ ਲੱਗੂਗਾ ਐਤਕੀ, ਅੰਮ੍ਰਿਤਪਾਲ ਦਾ ਸੱਜਲ ਵੱਡੀ ਜਿੱਤਣਾ ਹੈ, ਹਾਂਜੀ ਸੱਜਲ ਵੱਡੀ ਜਿੱਤਣਾ, ਸੱਜਲ ਵੱਡੀ ਤਾਂ ਖਲੋਤੇ ਨਹੀਂ ਇੱਥੇ, ਤਾਂ ਹੀ ਜਿੱਤਣਾ ਨੇ, ਅੱਛਾ ਜਰਾ ਨਹੀਂ ਖਲੋਤਾ, ਫਿਰ ਵੀ ਵੈਸੇ ਕਿਹਦਾ ਜ਼ੋਰ ਹੈ ਭਾਜੀ, ਇਹਦੇ ਜ਼ੋਰ ਨਹੀਂ, ਅਸੀਂ ਦਿਨ ਦੇ ਬਾਅਦ ਨੌਲੇਜ ਨਹੀਂ ਰੱਖੀ, ਬਿਲਕੁਲ ਕਹਿੰਦੇ ਅਸੀਂ ਤਾਸ਼ ਦੀ ਨੌਲੇਜ ਰੱਖਣੇ ਆ, ਤਾਂ ਸਿਆਸਤ ਦੇ ਨਾਲ ਸਿਆਸਤ, ਹਾਂਜੀ ਸ਼ਰਾਬ ਸਸਤੀ ਕਰੋ ਉਹਨੂੰ, ਅੱਛਾ ਨਹੀਂ ਤੇ ਫਿਰ ਵੋਟ ਜ਼ੋਰ, ਵੋਟ ਵੋਟਰ ਦਾ ਜ਼ੋਰ ਕਿਹਦਾ ਹੈ ਐਤਕੀ, ਵੋਟਰ ਇਹ ਭਾਈ ਇਹ ਅੰਦਰ ਜਾ ਕੇ ਮਨ ਬਣਨਾ, ਇੱਥੇ ਨਹੀਂ ਬਣ ਪਾਉਂਦਾ ਵੋਟਰ, ਇਸ ਵੇਲੇ ਬਹੁਤ ਪੱਕਾ ਆਇਆ ਹਲੇ, ਤੁਸੀਂ ਵੋਟ ਕਿਹਨੂੰ ਪਾਣੀ ਹੈ, ਵੋਟ ਕਿਹਨੂੰ ਪਾਣੀ, ਰਾਮ ਭਗਵਾਨ ਨੂੰ, ਰਾਮ ਭਗਵਾਨ ਨੂੰ, ਹਾਂਜੀ ਭਾਜੀ ਫਿਰ ਵੋਟ ਕਿਹਨੂੰ ਆ, ਵੋਟ ਪਾਵਾਂਗੇ ਵੀਰੇ, ਹੈ ਜਿਹੜਾ ਬਿੱਲ ਮਾਫ਼ ਕਰਾਊਗਾ, ਬਿਜਲੀ ਦਾ ਬਿੱਲ ਬੜਾ ਆਇਆ ਆ,
ਪਰ ਆਮ ਪਾਰਟੀ ਨੇ ਤੇ ਬਿੱਲ ਮਾਫ ਕਰਤੇ ਆ। ਬਿੱਲ ਕਿਤੇ ਬਿੱਲ ਦਾ 25,000 ਰੁਪਇਆ ਜੀਬ ਚ ਆਇਆ। ਤੁਸੀਂ ਵੇਖ ਸਕਦੇ ਹੋ ਕਿ ਕਹਿੰਦੇ ਕਿ 25,000 ਦਾ ਬਿੱਲ ਜੇ ਚ ਪਿਆ ਤੇ ਸਿਆਸਤ ਕਿਸ ਤਰੀਕੇ ਨਾਲ ਚੱਲਦੀ ਹੈ। ਤਾਂ ਇਹ ਜਿਹੜੇ ਲੋਕ ਨੇ ਅਸਲ ਜਿਹੜੇ ਨਾ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਜਿਹੜੇ ਸਿਆਸਤ ਨੂੰ ਮੂਵ ਕਰਦੇ ਆ ਲੋਕ ਨੇ, ਨੌਜਵਾਨ ਆਗੂ ਨੇ। ਭਾਜੀ ਫਿਰ ਕਿੱਧਰ ਵੋਟ ਐਤਕੀ ਜੀ? ਜੀ ਐਤਕੀ ਅੰਮ੍ਰਿਤਪਾਲ ਸਿੰਘ ਨੂੰ ਜ਼ੋਰ ਹੈਗਾ, ਅੰਮ੍ਰਿਤਪਾਲ ਸਿੰਘ ਦਾ। ਅੱਛਾ ਹਾਂਜੀ ਭਾਈ, ਅੰਮ੍ਰਿਤਪਾਲ ਸਿੰਘ ਦਾ ਜ਼ੋਰ ਹੈ, ਜ਼ੋਰ ਹੈਗਾ। ਅੱਛਾ ਤਾਂ ਵੋਟ ਪਾਣੀ ਫਿਰ ਉਹਨੂੰ ਪਾਵਾਂਗੇ, ਉਹਨਾਂ ਨੂੰ ਪਾਵਾਂਗੇ। ਕੀ ਕਰਦੇ ਕੀ ਤੁਸੀਂ? ਸਾਡੀ ਭਾਂਡੇ ਦੀ ਦੁਕਾਨ ਹੈ ਜੀ। ਅੱਛਾ ਤਾਂ ਵੋਟ ਅੰਮ੍ਰਿਤਪਾਲ ਨੂੰ। ਹਾਂਜੀ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਭਾਜੀ। ਫਿਰ ਇਹ ਕਿ ਤਾਂ ਇਹਦੇ ਪਤੇ ਜ਼ੋਰ ਕਿਹਦਾ ਐਤਕੀ, ਫਿਰ ਕਿਹੜੀ ਪਾਰਟੀ ਦਾ ਜ਼ੋਰ ਤੇ? ਲੱਡੂ ਜੀ ਤਾਂ ਵੀ ਦੋ ਭਾਜੀਆਂ। ਹਾਂਜੀ ਐਤਕੀ ਪਾਰਟੀ ਦਾ ਕੁਛ ਨਹੀਂ ਕਿਹਾ ਜਾਂਦਾ ਭਾਜੀ। ਅੱਛਾ ਬਾਕੀ ਦੇਖੋ ਕੀ ਦੁਨੀਆ ਦੇ ਵਿੱਚ ਮੰਦ ਹੈਗਾ ਵਾ। ਨਹੀਂ ਪਰ ਫਿਰ ਵੀ ਨਹੀਂ, ਆਪਣੇ ਦਾ ਬਸ ਬਾਹਰ ਆ ਜੀ। ਨਹੀਂ ਵੈਸੇ ਤੁਹਾਨੂੰ ਕਿਹੜੀ ਪਾਰਟੀ ਪਸੰਦ ਆ? ਕੋਈ ਵੀ ਪਾਰਟੀ ਪਸੰਦ ਨਹੀਂ, ਸਾਰੇ ਚੋਰ ਆ, ਸਾਰੇ ਚੋਰ ਆ। ਹਾਂ ਤਾਂ ਬਿਲਕੁਲ। ਹਾਂਜੀ ਭਾਜੀ ਫਿਰ ਕੌਣ ਪਸੰਦ ਆ ਜੀ? ਖਡੂਰ ਸਾਹਿਬ ਹਲਕੇ 'ਚ? ਨਹੀਂ ਥੋੜ੍ਹਾ ਜਿਹਾ ਦੱਸ ਦਿਓ, ਅਸੀਂ ਤਾਂ ਵੈਸੇ ਹੀ ਗੱਲਬਾਤ ਕਰ ਰਹੇ ਜੀ। ਕੋਈ ਪਤਾ ਨਹੀਂ ਜੀ? ਹਾਂਜੀ ਨਹੀਂ ਪਤਾ, ਕੋਈ ਵੀ ਨਹੀਂ ਪਤਾ। ਕਹਿੰਦੇ ਸਿਆਸਤ ਤਾਸ਼ ਦੇ ਪੱਤੇ ਦੇ ਵਾਂਗ ਹੁੰਦੀ ਹੈ, ਜਿਹਦਾ ਜ਼ੋਰ ਚੱਲ ਗਿਆ ਚੱਲ ਗਿਆ। ਹਾਂ ਪਰ ਐਤਕੀ ਕਿਹਦਾ ਜ਼ੋਰ ਚੱਲੂਗਾ? ਐਤਕੀ ਅੰਮ੍ਰਿਤਪਾਲ ਦਾ ਚੱਲੂਗਾ, ਹੋਰ ਦੱਸੋ। ਤਾਂ ਬਿਲਕੁਲ ਜੀ, ਤੁਸੀਂ ਵੇਖ ਸਕਦੇ ਹੋ ਕਿ ਲੋਕ ਕਹਿ ਰਹੇ ਨੇ। ਹਾਂਜੀ ਭਾਜੀ ਕੌਣ ਜਿੱਤੂ ਐਤਕੀ? ਕੋਈ ਪਤਾ ਨਾ ਜੀ, ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਹਲੇ ਹਲਕੇ 'ਚ ਮੌਜੂਦ ਹਾਂ, ਤਾਂ ਇਸ ਵੇਲੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੇ ਹਾਂ। ਕੁਝ ਦੁਕਾਨਦਾਰ ਸਾਥੀ ਮੌਜੂਦ ਨੇ, ਤਾਂ ਭਾਈ ਸਾਹਿਬ ਇੱਥੇ ਅੱਜ। ਭਾਜੀ ਕਿਹਦਾ ਜ਼ੋਰ ਆ ਫਿਰ ਐਤਕੀ? ਤਾਂ ਬਿਲਕੁਲ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕਿਹਦਾ ਜ਼ੋਰ ਐਤਕੀ ਫਿਰ? ਕਿਹਨੂੰ ਵੋਟਾਂ ਪੈ ਰਹੀਆਂ ਜੀ? ਵੋਟਾਂ ਐਤਕੀ ਆਈ ਕੰਪਲੀਕੇਸ਼ਨ 'ਚ ਆਈ, ਮਸ ਮਸਲਾ ਜਾਪਦਾ ਸਾਰਾ ਕੁਛ। ਬਾਕੀ ਜਿੱਥੋਂ ਤੱਕ ਮੇਰਾ ਖਿਆਲ ਆ, ਇਹ ਤਾਂ ਆਮ ਆਦਮੀ ਪਾਰਟੀ ਦਾ ਹੀ ਜ਼ੋਰ ਰਹੇਗਾ। ਅੱਛਾ ਆਮ ਪਾਰਟੀ ਦਾ ਜ਼ੋਰ ਹੈ। ਤਾਂ ਬਿਲਕੁਲ ਖਡੂਰ ਸਾਹਿਬ ਹਲਕੇ 'ਚ ਖੜ੍ਹੇ ਹਾਂ, ਬਾਰ ਬਾਰ ਦੱਸ ਰਹੇ ਹਾਂ ਕਿ ਹਲਕਾ ਜੰਡਿਆਲਾ ਡਿਸਟ੍ਰਿਕਟ ਅੰਮ੍ਰਿਤਸਰ ਪੈਂਦੀ ਹੈ, ਲੇਕਿਨ ਲੋਕ ਸਭਾ ਹਲਕਾ ਖਡੂਰ ਸਾਹਿਬ ਵੱਜਦਾ ਹੈ, ਔਰ ਇਹ ਦੋ ਹਲਕੇ ਬਾਬਾ ਬਕਾਲਾ ਔਰ ਜਿਹੜਾ ਹੈ ਇਹ ਹਲਕਾ ਖਡੂਰ ਸਾਹਿਬ ਨੂੰ ਵੱਜਦਾ ਹੈ। ਤਾਂ ਰਿਕਸ਼ਾ ਵਾਲਾ ਵਿਚਾਰਾ ਬਹੁਤ ਮਿਹਨਤ ਕਰਦਾ ਭਾਈ, ਕਿਹਨੂੰ ਵੋਟ ਪਾਉਣੀ ਹੈ ਐਤਕੀ? ਐਤਕੀ ਕਿਸੇ ਨੂੰ ਨਹੀਂ ਪਾਉਣੀ ਵੋਟ ਆਹੀ ਜੀ। ਕਾਰਨ? ਨਹੀਂ ਜੀ, ਪਹਿਲੇ ਪਾਈ ਸੀ ਪਿਛਲੀ ਵਾਰੀ? ਪਿਛਲੀ ਵਾਰੀ ਪਾਈ ਪਰ ਕਿਸੇ ਨੇ ਮਦਦ ਨਹੀਂ ਕੀਤੀ। ਮਗਰ ਕਿਹਨੂੰ ਪਾਈ ਕਿ ਨਹੀਂ ਪਿਛਲੀ ਵਾਰੀ? ਪਿਛਲੀ ਵਾਰੀ 5 ਨੂੰ ਪਾਈ ਸੀ ਜੀ। ਅੱਛਾ ਅਤੇ ਐਤਕੀ? ਐਤਕੀ ਕਿਸੇ ਨੂੰ ਨਹੀਂ ਪਾਉਣੀ ਜੀ। ਕਿਸੇ ਨੂੰ ਨਹੀਂ ਪਾਉਣੀ? ਹਾਂਜੀ ਬਿਲਕੁਲ, ਕਿਸੇ ਨੂੰ ਵੀ ਨਹੀਂ ਪਾਉਣੀ ਵੋਟ। ਤਾਂ ਇਹ ਲੋਕ ਨੇ ਜਿਹੜੇ। ਹਾਂਜੀ ਭਾਜੀ ਫਿਰ ਕਿਹਦਾ ਜ਼ੋਰ ਆ ਇੱਥੇ? ਸਾਰਿਆਂ ਜ਼ੋਰ ਆ, ਜਿਹੜਾ ਮਰਜ਼ੀ ਆ ਜਾਵੇ। ਹੈਂ? ਸਾਰਿਆਂ ਜ਼ੋਰ ਆ। ਨਹੀਂ ਤੁਸੀਂ ਵੋਟ ਕਿਹਨੂੰ ਪਾਉਣੀ? ਕੀ ਪਤਾ ਕਿਹਨੂੰ ਪਾਉਣੀ, ਕੋਈ ਪਹਿਲਾਂ ਸਾਰਿਆਂ ਜ਼ੋਰ ਆ ਹਲੇ। ਵੋਟ ਪਾਉਣੀ ਹੈ? ਆਹੋ। ਪਰ ਕਿਹਨੂੰ ਪਾਉਣੀ? ਇਹ ਨਹੀਂ ਪਤਾ ਕਿਹਨੂੰ ਪਾਉਣੀ ਹੈ ਜੀ, ਉਹ ਟਾਈਮ ਵੇਖਾਂਗੇ। ਬਿਲਕੁਲ ਭਾਜੀ ਕਿਹਨੂੰ ਪਾਉਣੀ ਫਿਰ ਵੋਟ? ਆਮ ਪਾਰਟੀ ਨੂੰ ਪਾਉਣੀ ਵੋਟ। ਆਮ ਪਾਰਟੀ ਨੂੰ? ਹਾਂਜੀ। ਕਾਰਨ? ਪਾਉਣੀ ਉਹਨਾਂ ਨੂੰ ਆਮ ਪਾਰਟੀ ਨੂੰ ਵੋਟ। ਅੱਛਾ ਹਾਂਜੀ। ਤਾਂ ਦੁਕਾਨਦਾਰ ਸਾਹਿਬ ਭਾਜੀ ਬੜੇ ਪੁਰਾਣੇ ਬੰਦੇ ਹੋ ਤੁਸੀਂ ਸ਼ਹਿਰ ਦੇ, ਤਾਂ ਫਿਰ ਕਿਹਨੂੰ ਵੋਟ ਪਾਉਣੀ ਐਤਕੀ? ਵੇਖੋ ਜਿੱਥੇ ਜਿਹੜਾ ਕਿ ਦਿਲ ਕਰਦਾ, ਭਾਵੇਂ ਆਮ ਆਦਮੀ ਪਾੜੇ, ਭਾਵੇਂ ਕਾਂਗਰਸ ਪਾੜੇ, ਕਿਸੇ ਨੂੰ ਪਾੜੇ, ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਇਹ ਨਹੀਂ ਛੱਡਾ ਕਿਸੇ ਨੂੰ ਪਾੜੇ। ਜ਼ੋਰ ਕਿਹਦਾ ਆਪਸ 'ਚ ਗੱਲ ਆ? ਜ਼ੋਰ ਤਾਂ ਇੱਧਰ ਆਮ ਆਦਮੀ ਪਾਰਟੀ ਦਾ ਚੱਲ ਰਿਹਾ। ਆਮ ਆਦਮੀ ਪਾਰਟੀ ਦਾ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਹਲਕਾ ਖਡੂਰ ਸਾਹਿਬ ਵਿਖੇ ਮੌਜੂਦ ਆ। ਤਾਂ ਇੱਥੇ ਖਡੂਰ ਸਾਹਿਬ ਦਾ ਬਾਰ ਬਾਰ ਦੱਸ ਰਹੇ ਹਲਕਾ ਜੰਡਿਆਲਾ। ਤਾਂ ਇੱਕ ਹੋਰ ਵੀਰ ਭਰਾ ਨੇ ਭਾਜੀ, ਸਤਿ ਸ਼੍ਰੀ ਅਕਾਲ ਸਰ। ਭਾਜੀ ਕਿਹਦਾ ਜ਼ੋਰ ਆ ਫਿਰ? ਜ਼ੋਰ ਜੰਡਿਆਲੇ 'ਚ? ਹਾਂਜੀ ਮੈਂ ਤਾਂ ਵੈਸੇ ਛੁੱਟੀਆਂ ਆਏ ਜੀ ਫੌਜੀ ਆ, ਅਤੇ ਮੈਨੂੰ ਪਤਾ ਨਹੀਂ ਇਹਦੇ ਬਾਰੇ। ਹਾਂਜੀ ਹਾਂਜੀ ਚਲੋ ਠੀਕ ਹੈ ਭਾਜੀ, ਕੋਈ ਗੱਲ ਨਹੀਂ। ਤਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਦੁਕਾਨਦਾਰ ਸਾਹਿਬ ਮੌਜੂਦ ਨੇ। ਭਾਜੀ ਫਿਰ ਕਿਹਦਾ ਜ਼ੋਰ ਆ ਐਤਕੀ? ਆਮ ਆਦਮੀ ਪਾਰਟੀ ਦਾ ਜੀ। ਅੱਛਾ ਆਮ ਆਦਮੀ ਪਾਰਟੀ ਦਾ? ਹਾਂਜੀ ਜੰਡਿਆਲੇ 'ਚ। ਹਾਂਜੀ ਕੀ ਕੰਮ ਕੀਤੇ ਉਹਨਾਂ ਨੇ? ਬੜੇ ਕੰਮ ਕੀਤੇ ਆ, ਆ ਬਿਜਲੀ ਮਾਫ਼ ਕੀਤੀ ਆ, ਕੋਈ ਬਿਜਲੀ ਦੇ ਨਹੀਂ ਰਿਹਾ ਬਿੱਲ। ਅੱਛਾ ਬਿਜਲੀ ਆ ਨਹੀਂ ਦੀ? ਪੂਰੀ ਮੌਜਾਂ ਕਰਨ ਦਾ। ਬਿਲਕੁਲ ਤੁਸੀਂ ਵੇਖ ਸਕਦੇ ਹੋ ਪੂਰੀ ਮੌਜਾਂ ਕਰਨ ਦੇ ਲੋਕ ਤਾਂ ਗੱਲ ਕਰ ਰਹੇ ਨੇ ਭਾਜੀ।
ਫਿਰ ਕਿਹਨੂੰ ਪਸੰਦ ਆ ਜੀ ਐਤ ਕੀ? ਨਹੀਂ ਹਾਂਜੀ ਭਾਅ ਜੀ, ਫਿਰ ਕਿਹਦਾ ਜ਼ੋਰ ਆ ਜੀ ਤੁਹਾਡੇ ਇੱਥੇ? ਜ਼ੋਰ ਦੇਖੋ ਆਮ ਆਦਮੀ ਪਾਰਟੀ ਦਾ ਹੈਗਾ। ਅੱਛਾ, ਆਮ ਆਦਮੀ ਪਾਰਟੀ। ਹਾਂਜੀ ਭਾਅ ਜੀ, ਜਿਹੜਾ ਕੰਮ ਕਰ ਰਿਹਾ ਬੋਰਡ ਨੂੰ ਪੈਣੇ ਆ। ਕਿਹੜਾ ਕੰਮ ਕਰ ਰਿਹਾ? ਅੱਛਾ, ਮਿਨਿਸਟਰ ਸਾਡਾ ਬਹੁਤ ਵਧੀਆ ਕੰਮ ਕਰ ਰਿਹਾ ਭਾਅ ਜੀ ਨੂੰ। ਹਾਂਜੀ, ਭਾਅ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬੋਰਡ ਨੂੰ, ਉਹਦੇ ਮੂੰਹ ਨੂੰ ਪੈਣੇ ਆ ਪਾਰਟੀ ਦੇ। ਮੇਰੇ ਖਿਆਲ ਮਤਲਬ ਇੱਥੇ ਬੋਰਡ ਪਾਣੇ ਜਾਂ ਕੰਮ ਕਰਦਾ ਪਿਆ। ਅੱਛਾ, ਪਾਰਟੀ 'ਚ ਨਹੀਂ ਹੈ ਤੁਸੀਂ? ਅਸੀਂ ਪਾਰਟੀ 'ਚ, ਲੇਕਿਨ ਬੋਰਡ ਨੂੰ ਪਾਣੇ ਜਾਂ ਕੰਮ ਕਰਦਾ ਪਿਆ। ਅੱਛਾ, ਉਹ ਕੰਮ ਕਰਦਾ ਵੋਟ ਪੈਣੀ ਹੈ? ਬਿਲਕੁਲ ਕੰਮ ਕਰ ਰਹੇ ਨੇ, ਵੋਟ ਪਾ ਰਹੇ ਆ। ਤਾਂ ਇਹ ਦੇਖੋ ਵੋਟਿੰਗ ਪ੍ਰੋਸੈਸ ਦੀ ਸ਼ਾਨ ਹੈ ਕਿ ਲੋਕਾਂ ਨੂੰ ਜਿਹੜੇ ਲੋਕ ਪਸੰਦ ਆਉਂਦੇ ਨੇ ਤਾਂ ਭਾਅ ਜੀ ਉੱਥੇ ਚੱਲ ਰਹੇ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਰਾਜਨੀਤੀ ਤਾਸ਼ ਦੀ ਤਰ੍ਹਾਂ ਹੁੰਦੀ, ਜਿਹਦਾ ਜ਼ੋਰ ਚੱਲ ਗਿਆ ਚੱਲ ਗਿਆ। ਐਤਕੀ ਫਿਰ ਕਿਹਦਾ ਜ਼ੋਰ ਚੱਲ ਰਿਹਾ ਵੋਟਾਂ 'ਚ? ਕਿਸੇ ਦਾ ਵੀ ਨਹੀਂ। ਹਾਂਜੀ, ਕਿਸੇ ਦਾ ਵੀ ਨਹੀਂ, ਜ਼ੋਰ ਨਹੀਂ ਆਇਆ ਕਿਸੇ ਦਾ ਵੀ ਇੱਥੇ। ਐਵੇਂ ਪੰਪ ਝਾੜੂ 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 ਕਰੀ ਜਾਂਦੇ, ਕੋਈ ਝਾੜੂ ਦਾ ਜ਼ੋਰ ਨਹੀਂ ਹੈਗਾ ਇੱਥੇ। ਕੋਈ ਝਾੜੂ ਦਾ ਜ਼ੋਰ ਨਹੀਂ ਹੈਗਾ। ਅੱਛਾ, ਇਹ ਜਿੰਨੇ ਵੋਟਾਂ ਪਾਉਣੀਆਂ ਉਹਨੇ ਵੇਖਣਾ ਕੀ ਕਰਦੇ ਆ। ਇੱਥੇ ਬੀਜੇਪੀ ਦਾ ਜ਼ੋਰ ਹੈ ਜੰਡਿਆਲੇ, ਜਿਹੜੇ ਬੀਜੇਪੀ ਦੇ ਬੰਦੇ ਨਾ ਉਹਨਾਂ ਬੀਜੇਪੀ ਨੂੰ ਵੋਟਾਂ ਪਾਉਣੀਆਂ, ਜਿਹੜੇ ਕਾਂਗਰਸ ਦੇ ਕਾਂਗਰਸ ਨੂੰ ਪਾਉਣੀਆਂ। ਠੀਕ ਆ ਨਾ? ਇੱਥੇ ਰਲਵਾਂ ਮਿਲ ਕਈ ਵੋਟਰ ਇਹੋ ਜਿਹੇ ਹੁੰਦੇ ਜਿਹੜੇ ਸ਼ੇਕੀ ਵੋਟਰ ਹੁੰਦੇ ਆ, ਜਿਹੜਾ ਕਹਿੰਦੇ ਜਿਹਨੂੰ ਮਰਜ਼ੀ ਪਾ ਲਾਂਗੇ। ਉਹ ਵੋਟਰ ਕਿੱਧਰ ਜਾਊਗਾ? ਉਹ ਮਤਲਬ ਪ੍ਰਸਤ ਹੁੰਦੇ ਆ, ਦੋਗਲੇ ਹੁੰਦੇ ਆ। ਉਹਨਾਂ ਪਾਰਟੀ ਨੂੰ ਕੋਈ ਨਹੀਂ ਹੈਗਾ। ਜਿਹਨੂੰ ਕਿਹੜੀ ਪਾਰਟੀ ਨੂੰ? ਅਸੀਂ ਪਹਿਲਾਂ ਅਕਾਲੀ ਦਲ ਸੀ, ਸਮਝੌਤਾ ਸੀ, ਹੁਣ ਅਸੀਂ ਬੀਜੇਪੀ ਨੂੰ ਵੋਟ ਪਾਉਣੀ ਆ। ਭਾਵਾਂ ਹਰ ਜੇ ਅਤੇ ਭਾਵਾਂ ਜਿੱਤ ਜੇ। ਠੀਕ ਆ ਭਾਅ ਜੀ, ਤਾਂ ਬਿਲਕੁਲ ਹਰ ਜੇ ਜਿੱਦਿਆਂ ਦੀ। ਭਾਅ ਜੀ ਫਿਰ ਕਿਹਦਾ ਜ਼ੋਰ ਹੈ? ਠੀਕ ਹੈ ਜੀ, ਬੀਜੇਪੀ ਨੂੰ ਪਾਵਾਂਗੇ ਆਪਾਂ ਤਾਂ ਵੋਟ। ਬੀਜੇਪੀ ਤੁਸੀਂ ਭਾਅ ਜੀ? ਅਸੀਂ ਅੱਗੇ ਬੀਜੇਪੀ ਦੇ। ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੀ ਕਚਹਿਰੀ 'ਚ ਆਏ ਹਾਂ, ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਗੱਲ ਕਰ ਰਹੇ ਨੇ। ਤਾਂ ਇਹ ਅਗਰ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਦਾ ਖਾਸ ਹਲਕਾ, ਇਸ ਹਲਕੇ ਦੇ ਵਿੱਚ ਵੀ ਜਿਹੜੇ ਲੋਕ ਇੱਕ ਅਲੱਗ ਤਰ੍ਹਾਂ ਦੀ ਪਛਾਣ ਰੱਖਦੇ ਨੇ। ਬੜਾ ਵੱਡਾ ਹਲਕਾ ਜੀ ਤੁਹਾਡਾ ਖਡੂਰ ਸਾਹਿਬ ਦਾ, ਅਤੇ ਕਿਹਨੂੰ ਪਾਣੀ ਵੋਟ ਫਿਰ? ਭਾਅ ਜੀ ਇੱਧਰ ਕਰ ਲਓ, ਮੇਰੇ ਨੇ ਕੋਈ। ਹਾਂਜੀ ਭਾਅ ਜੀ, ਫਿਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਇੱਥੇ ਮਹਿਫਿਲ ਲੱਗੀ ਲੋਕਾਂ ਦੀ। ਭਾਅ ਜੀ ਕਿਹਨੂੰ ਵੋਟ ਪਾਣੀ ਫਿਰ ਇਸ ਵਾਰ? ਭਾਅ ਜਿਹੜਾ ਪੈਸਾ ਦੋ ਉਹਨੂੰ ਵੋਟ ਪਾ ਦਾਂਗੇ। ਹਾਂਜੀ, ਜਿਹੜਾ ਪੈਸਾ ਦੋ ਉਹਨੂੰ ਵੋਟ ਪਾ ਦਾਂਗੇ। ਪੈਸੇ ਦੇ ਕੇ ਵੋਟ ਪਾਣੀ? ਤਾਂ ਕੀ ਕਰੀਏ ਭਰਾ, ਉਹਦਾ ਕੋਈ ਗੱਲ ਸੁਣਨਾ ਸਾਡੀ? ਦੇ ਕੇ ਵੋਟ ਪਾਵਾਂਗੇ। ਹਾਂਜੀ, ਨਾਲ ਪੈਸੇ ਦੇਵਾਂਗੇ ਨਾਲ ਵੋਟ ਪਾਵਾਂਗੇ। ਅੱਛਾ, ਤੁਸੀਂ ਦਿਓਗੇ? ਕਾਰਨ ਕਾਰਨ ਕੀ ਹੁੰਦਾ? ਜਗਾ ਹੋਣਾ ਚਾਹੀਦਾ, ਉਹਨਾਂ ਲੋੜ ਹੈਗੀ ਪੈਸੇ ਦੀ ਇਸ ਕਰਕੇ। ਸਾਡੇ ਕੋਲ ਆਇਆ ਪਸੰਦ ਕਿਹੜਾ? ਪਸੰਦ ਕਿਹੜਾ? ਚਾਰ ਪਾਰਟੀਆਂ ਔਰ ਪੰਜਵੇਂ ਇੱਕ ਇੱਥੇ ਆਜ਼ਾਦ ਉਮੀਦਵਾਰ ਖਲੋਤੇ ਨੇ, ਤੁਹਾਨੂੰ ਕਿਹੜਾ ਪਸੰਦ? ਪਸੰਦ ਤੇ ਬਾਊ ਜੀ ਉਹਦੇ ਹੋ ਜੋ ਹੁਣ ਤੁਸੀਂ ਆਏ ਹੋ, ਤੁਸੀਂ ਸਾਨੂੰ ਪਸੰਦ ਹੋ। ਜੇ ਤੁਸੀਂ ਕੋਲੋਂ ਲੰਘ ਜੋ ਤੁਸੀਂ ਸਾਨੂੰ ਕਾਹਦੇ ਪਸੰਦ ਹੋ? ਮਿਲੇ ਜਿੰਨੇ ਪਹਿਲਾਂ ਆਏ ਆ, ਜਿੱਤਣ ਤੋਂ ਬਾਅਦ ਵੜਿਆ ਹੀ ਕੋਈ ਨੀ, ਤੇ ਜਿਹੜੇ ਨਵੇਂ ਖਲੋਤੇ ਹੋਏ ਤਾਂ ਕਹਿਣ ਹੀ ਨੀ ਆਇਓ। ਜਾਂ ਤਾਂ ਉਹਨਾਂ ਨੂੰ ਲੋੜ ਨਹੀਂ ਆ, ਇਹ ਤਾਂ ਅਸੀਂ ਡਿਸੀਜਨ ਲਵਾਂਗੇ ਵੀ ਕਿਹਨੂੰ ਪਾਈਏ ਵੋਟ। ਪਰ ਵੋਟ ਪਾਣੀ ਹੈ, ਵੋਟ ਜੇ ਕੱਲ ਨੂੰ ਕੋਈ ਵੀ ਨਾ ਮਿਲਣਾ ਫਿਰ ਕੀ ਕਰੋਗੇ? ਤੇ ਫਿਰ ਉਹ ਇੱਕ ਹੈਗੀ ਐਕਸਟਰਾ ਲਾਈਨ ਉਹਦੇ 'ਚ। ਨਹੀਂ ਨਹੀਂ ਨਹੀਂ, ਵੋਟਾਂ ਦੇ ਵਿੱਚ ਤੁਸੀਂ ਇੱਕ ਕਰ ਸਕਦੇ ਹੋ, ਤੁਹਾਡੇ ਚੋਇਸ ਦਾ ਬੰਦਾ ਨਹੀਂ ਹੈਗਾ ਤੇ ਉਹ ਵੋਟ ਤੁਸੀਂ ਨੱਪ ਸਕਦੇ ਹੋ, ਨੱਪ ਦਾਂਗੇ। ਉਹ ਨੱਪ ਦਾਂਗੇ। ਅੱਛਾ, ਹਾਂ ਹਲੇ ਲੀਡਰ ਇੱਥੇ ਆਵੇ ਆਵੇ ਤੇ ਤਾਂ ਹੀ ਹੈ ਨਾ, ਤੁਹਾਡੇ ਘਰ ਪਰਾਉਣਾ ਆਊਗਾ ਤੇ ਉਹਨੂੰ ਚਾਹ ਪਿਆਓਗੇ ਨਾ? ਬਿਲਕੁਲ, ਤੇ ਉਹਦੇ ਮਗਰ ਮਗਰ ਕੱਪ ਥੋੜੀ ਲੈ ਕੇ ਤੁਰੇ ਫਿਰੋਗੇ? ਬਿਲਕੁਲ, ਕੀ ਬਾਤ ਹੈ ਜੀ, ਕਿਉਂਕਿ ਉਹਦੇ ਵਿੱਚ ਟੈਨਸ਼ਨ ਨਹੀਂ ਰਹਿੰਦੀ ਕੋਈ ਵੀ। ਅੱਛਾ, ਉਹਦੇ ਵਿੱਚ ਕੋਈ ਟੈਨਸ਼ਨ ਨਹੀਂ ਹੈਗੀ, ਵੋਟ ਪਾਈਏ ਜਿਹੜਾ ਪਾਈਏ, ਕੋਈ ਵਹਿਮ ਨਹੀਂ। ਕੀ ਬਾਤ ਹੈ, ਬੈਸਟ ਜਿਹੜਾ ਇਸ ਵੇਲੇ ਅਗਰ ਅਸੀਂ ਸੀਨ ਕਹੀਏ, ਤੁਹਾਨੂੰ ਮਜ਼ਾ ਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਦੇਖੋ ਤੁਸੀਂ ਆਏ ਹੋ, ਸਾਨੂੰ ਤੁਸੀਂ ਅੱਛੇ ਲੱਗੇ ਸੀ, ਤੁਹਾਨੂੰ ਆਪਣੇ ਵਿਚਾਰ ਵੀ ਦੱਸ ਦਿੱਤੇ, ਤੁਹਾਡੇ ਕੋਲ ਵੀ ਸੁਣ ਲਿਆ, ਤੇ ਇਹ ਤੱਕ ਸਾਨੂੰ ਕੋਈ ਪੁੱਛਣ ਹੀ ਨਹੀਂ ਆਇਆ ਵੀ ਤੁਸੀਂ ਆਹ ਕੈਂਡੀਡੇਟ ਹੈਗਾ ਵੋਟ ਪਾਓ। ਅਸੀਂ ਡਿਸੀਜਨ ਕੀ ਲਈਏ, ਕਿਹਨੂੰ ਪਾਉਣੀ ਵੋਟ?
ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿਚਾਰ ਕਿਸ ਤਰ੍ਹਾਂ ਨੇ ਭਾਜੀ। ਫਿਰ ਆਇਆ ਨਹੀਂ ਕੋਈ? ਹਾਂਜੀ ਕੋਈ ਨਹੀਂ ਭਾਜੀ, ਇੱਥੇ ਕੋਈ ਨਹੀਂ ਵੜਿਆ 5 ਸਾਲ, ਕੋਈ MP ਕੋਈ ਨਹੀਂ ਆਇਆ ਜੀ। ਭਾਜੀ ਨਾਲ ਗੱਲਬਾਤ ਕਰਦੇ ਹਾਂ। ਭਾਜੀ ਫਿਰ ਕਿਹੜੀ ਪਾਰਟੀ ਪਸੰਦ ਹੈ ਜੀ? ਇਸ ਵਾਰ ਵੋਟਾਂ ਆ ਗਈਆਂ ਜੀ, ਵਪਾਰੀ ਵਰਗ ਦੀ ਵੋਟ ਸਭ ਤੋਂ ਇੰਪੋਰਟੈਂਟ ਹੁੰਦੀ ਹੈ। ਅਸੀਂ ਤਾਂ ਝਾੜੂ ਨੂੰ ਪਾਣੀ ਹੈ, ਝਾੜੂ ਨੂੰ ਪਾਣੀ ਹੈ, ਪੱਕੀ ਹੈ ਜੀ। ਤਾਂ ਬਿਲਕੁਲ ਝਾੜੂ ਦੇ ਸਪੋਰਟਰ ਨੇ, ਤਾਂ ਲੋਕ ਇੱਥੇ ਆਪਣੇ ਦਿਲ ਦੀ ਗੱਲ ਦੱਸ ਰਹੇ ਨੇ ਕਿ ਆਖਿਰਕਾਰ ਹਾਲਾਤ ਕਿਸ ਤਰ੍ਹਾਂ ਦੇ ਨੇ। ਤਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ, ਹਲਕਾ ਜੰਡਿਆਲਾ, ਵਾਰ ਵਾਰ ਦੱਸ ਰਹੇ ਹਾਂ ਕਿ ਖਡੂਰ ਸਾਹਿਬ ਦਾ ਹਲਕਾ ਜੰਡਿਆਲਾ ਹੈ ਔਰ ਇਹ ਜੰਡਿਆਲਾ ਡਿਸਟ੍ਰਿਕਟ ਅੰਮ੍ਰਿਤਸਰ ਵੱਜਦੀ ਹੈ ਔਰ ਇਸ ਡਿਸਟ੍ਰਿਕਟ ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਜੰਡਿਆਲੇ ਤੋਂ ਅਸੀਂ ਇਸ ਵੇਲੇ ਰਿਪੋਰਟਿੰਗ ਕਰ ਰਹੇ ਹਾਂ। ਤਾਂ ਲੋਕਾਂ ਨੇ ਆਪਣੇ ਦਿਲ ਦੀ ਗੱਲ ਦੱਸਦੀ ਹੈ। ਹੁਣ ਦੇਖਣਾ ਹੋਏਗਾ ਕਿ ਸਿਕੰਦਰ ਕੌਣ ਹੋਏਗਾ, ਲੇਕਿਨ ਕੁਝ ਲੋਕ ਨਾਰਾਜ਼ ਨੇ ਕਿ ਸਾਨੂੰ ਕੋਈ ਮਿਲਣ ਤੱਕ ਨਹੀਂ ਆਇਆ ਅਤੇ ਇਸ ਕਰਕੇ ਨਾਰਾਜ਼ਗੀ ਹੈ। ਔਰ ਅਗਰ ਕੋਈ ਨਾ ਮਿਲਣ ਆਇਆ ਤਾਂ ਯਕੀਨਨ ਕਿਤੇ ਹੋਰ ਪਾਸੇ ਵੀ ਅਸੀਂ ਵੋਟਿੰਗ ਕਰ ਸਕਦੇ ਹਾਂ, ਨੋਟਾ ਵੱਲ ਵੀ ਜਾ ਸਕਦੇ। ਤਾਂ ਪਹਿਲੀ ਵਾਰ ਨੋਟਾ ਦੀ ਵੀ ਵੋਟਿੰਗ ਇੱਥੇ ਸਾਹਮਣੇ ਆਈ ਹੈ। ਫਿਲਹਾਲ ਦੇਖਣਾ ਹੋਏਗਾ ਕਿ ਖਡੂਰ ਸਾਹਿਬ ਦੇ ਇਸ ਹਲਕੇ 'ਚੋਂ ਕੌਣ ਬਾਜ਼ੀ ਮਾਰਦਾ ਹੈ, ਲੇਕਿਨ ਲੋਕਾਂ ਦੀ ਰਾਏ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਜੰਡਿਆਲਾ, ਅੰਮ੍ਰਿਤਸਰ।